ਜਿੰਨੇ ਵੀ ਯੂਏਈ ਦੇ ਵਿੱਚ ਜਿਹੜੇ ਨਾ, ਯੂਏਈ ਦੇ ਵਿੱਚ ਜਿਹੜਾ ਬੱਸ ਡਰਾਈਵਰ ਹੈ ਨਾ ਮੇਰੇ ਭਰਾ, ਠੀਕ ਹੈ, ਜਿਹਨਾਂ ਕੋਲ ਬੱਸ ਦਾ ਲਾਇਸੈਂਸ ਹੈ, ਠੀਕ ਹੈ, ਇੰਟਰਨੈਸ਼ਨਲ ਭਰਾ ਲਾਇਸੈਂਸ, ਆਉਂਦੇ ਨੇ ਆਉਣ ਨੂੰ ਸਲਵਾਈ ਰੋਕਦੇ ਨੇ ਅਤੇ ਜਾਣ ਨੂੰ ਟੋਕਦੇ ਨੇ, ਠੀਕ ਹੈ ਜੀ. ਅਬ ਇਹਦਾ ਤੱਕ ਕੋਈ ਹਾਈਡਿੰਗ ਵਗੈਰਾ ਹੁੰਦੀ ਹੋਏ ਤਾਂ ਮੈਂ ਕੰਪਨੀ ਦਾ ਨਾਂ ਜਾਂ ਕੰਪਨੀ ਦਾ ਈਮੇਲ ਐਡਰੈਸ ਜਾਂ ਕੋਂਟੈਕਟ ਨੰਬਰ ਦੇ ਦਾ ਕਰਾਂਗਾ, ਨਹੀਂ ਤਾਂ. ਹਾਂਜੀ ਜਨਾਬ, ਅਸਲਾਮ ਅਲੈਕੁਮ. ਲਓ ਜਨਾਬ, ਸੱਲੂ ਭਾਈ ਆਏ ਨਾ ਅੱਜ ਤੋਂ ਜਨਾਬ, ਇਨਸ਼ਾਅੱਲਾ ਐਤ ਨਹੀਂ, ਹਰ ਰੋਜ਼ ਤਾਂ ਨਹੀਂ, ਬਟ ਜਿੰਨਾ ਹੋ ਸਕੇ ਜਨਾਬ ਸੱਲੂ ਭਾਈ ਦੀ ਜਾਣਾ, ਇਨਸ਼ਾਅੱਲਾ ਅੱਲਾ ਪਾਕ ਦੀ ਰਹਿਮਤ ਦੇ ਨਾਲ ਜਾਣਾ. ਜਿੰਨੇ ਵੀ ਭਰਾ ਸੱਲੂ ਪੰਜਾਬੀ ਫੈਮਿਲੀ ਜਾਂ ਦੂਸਰੇ ਤੀਸਰੇ ਜਿਹੜੇ ਵੀ ਭਰਾ ਆਉਂਦੇ ਨੇ, ਆਉਣ ਨੂੰ ਸੱਲੂ ਭਾਈ ਰੋਕਦੇ ਨੇ ਅਤੇ ਜਾਣ ਨੂੰ ਟੋਕਦੇ ਨੇ, ਠੀਕ ਹੈ ਜੀ. ਇਨਸ਼ਾਅੱਲਾ ਜਨਾਬ ਅੱਜ ਤੋਂ ਇੱਕ ਸੀਰੀਜ਼ ਸਟਾਰਟ ਕੀਤੀ ਹੈ ਜਿਹਦਾ ਨਾਮ ਹੈ ਜਨਾਬ ਜੋਬ ਸੀਰੀਜ਼, ਠੀਕ ਹੈ ਜੀ. ਕਿ ਮੈਂ ਹੁਣ ਇਹ ਤਾਂ ਨਹੀਂ ਤੁਹਾਨੂੰ ਜਾਬ 'ਤੇ ਲਵਾਉਣ 'ਤੇ ਨਹੀਂ ਲੱਗਾ, ਲੇਕਿਨ ਤੁਹਾਨੂੰ ਮੈਂ ਗਾਈਡ ਕਰਾਂਗਾ ਇਨਸ਼ਾਅੱਲਾ. ਇੱਕ ਇੱਕ ਨਾ ਈਮੇਲ ਜਿਹਾ ਨਾ ਦੇ ਦਾ ਕਰਾਂਗਾ ਜਿਹਦੇ ਉੱਤੇ ਤੁਸੀਂ ਜਨਾਬ ਰਾਬਤਾ ਕੋਈ ਹਾਈਡਿੰਗ ਵਗੈਰਾ ਹੁੰਦੀ ਹੋਏ ਤੁਹਾਨੂੰ ਮੈਂ ਕੰਪਨੀ ਦਾ ਨਾਂ ਜਾਂ ਕੰਪਨੀ ਦਾ ਈਮੇਲ ਐਡਰੈਸ ਜਾਂ ਕੋਂਟੈਕਟ ਨੰਬਰ ਦੇ ਦਾ ਕਰਾਂਗਾ, ਨਹੀਂ ਤੁਹਾਨੂੰ ਨਾਂ ਦੱਸਦਾ ਕਰਾਂਗਾ, ਗੂਗਲ ਤੋਂ ਆਪ ਜਾ ਕੇ ਸਰਚ ਕਰ ਲਿਆ ਕਰੋ ਹੁਣ ਤੂੰ ਫਿਰ. ਲੇਕਿਨ ਇੱਕ ਹੋਰ ਵੀ ਗੱਲ ਦੱਸਣਾ, ਇਹਦਾ ਇਹ ਮਤਲਬ ਨਹੀਂ ਹੁਣ ਉਂਗਲੀ ਫੜਾਈ ਅਤੇ ਸਿੱਧੀ ਬਾਂਹ ਫੜੋ, ਠੀਕ ਹੈ ਜੀ. ਹੌਸਲਾ ਰੱਖਿਓ, ਠੀਕ ਹੈ ਜੀ. ਆਪੀ ਮੇਰਾ ਕੰਮ ਹੈ ਤੁਹਾਨੂੰ ਰਾਹ ਦੇ ਵਿੱਚ ਲਾਉਣਾ, ਠੀਕ ਹੈ ਜੀ. ਅੱਗੂ ਜਾਣਾ ਤੁਸੀਂ, ਆਪੀ ਜਾਣਾ ਅੱਗੂ ਤੁਹਾਡਾ ਆਪਣਾ ਕੰਮ ਹੈ, ਥੋੜ੍ਹੀ ਕਾਮਨ ਸੈਂਸ ਵੀ ਯੂਜ਼ ਕਰੋ, ਠੀਕ ਹੈ ਜੀ. ਹੁਣ ਜਨਾਬ ਸਭ ਤੋਂ ਵੱਡੀ ਜਿੰਨੇ ਵੀ ਯੂਏਈ ਦੇ ਵਿੱਚ ਜਿਹੜੇ ਨਾ, ਯੂਏਈ ਦੇ ਵਿੱਚ ਜਿਹੜਾ ਬੱਸ ਡਰਾਈਵਰ ਹੈ ਨਾ ਮੇਰੇ ਭਰਾ, ਠੀਕ ਹੈ, ਜਿਹਨਾਂ ਕੋਲ ਬੱਸ ਦਾ ਲਾਇਸੈਂਸ ਹੈ, ਠੀਕ ਹੈ, ਇੰਟਰਨੈਸ਼ਨਲ ਲਾਇਸੈਂਸ ਵੀ, ਠੀਕ ਹੈ ਜੀ. ਉਹ ਜਨਾਬ ਮਾਲਟਾ ਟਰਾਂਸਪੋਰਟ, ਮਾਲਟਾ ਪਬਲਿਕ ਟਰਾਂਸਪੋਰਟ, ਜਿੰਝੇ ਦੁਬਈ ਦੇ ਵਿੱਚ RTA ਵੇ ਨਾ, ਰੋਡ ਟਰਾਂਸਪੋਰਟ ਅਥਾਰਟੀ, ਇੱਥੇ ਵੀ ਮਾਲਟਾ ਦੇ ਵਿੱਚ ਮਾਲਟਾ ਟਰਾਂਸਪੋਰਟ ਪਬਲਿਕ ਟਰਾਂਸਪੋਰਟ, ਠੀਕ ਹੈ ਜੀ. ਇਹ ਹਾਇਰਿੰਗ ਕਰਦੀ ਹੈ, ਇਹ ਤੁਸੀਂ ਬਕਾਇਦਾ ਇੱਥੇ ਵੇਖੋ, ਮੈਂ ਜਿਹੜਾ ਲਾਇਆ ਜਾਵੇ, ਇਹ ਤੁਸੀਂ ਸਕਰੀਨ ਵੇਖਦੇ ਹੋ, ਇੱਥੇ ਨੰਬਰ ਵੀ ਲਿਖਿਆ ਦਾ, ਈਮੇਲ ਵੀ ਲਿਖੀ ਹੈ. ਜਿੰਨੇ ਵੀ ਮੇਰੇ ਬੱਸ ਡਰਾਈਵਰ ਭਰਾ ਨੇ ਇੱਥੇ ਇਹਨਾਂ ਨਾਲ ਰਾਬਤਾ ਕਰੋ, ਆਪਣੀ ਯੂਰਪਾ CV ਬਣਾ ਕੇ ਇਹਨਾਂ ਨੂੰ ਸੈਂਡ ਕਰੋ, ਅਤੇ ਉਮੀਦ ਕਰਨਾ ਵਾ ਇਹਨਾਂ ਨੇ ਇੰਨਾ ਕੋਈ ਖਰਚਾ ਨਹੀਂ ਲੈਣਾ, ਸਿਰਫ 300 €, ਇਹਨਾਂ ਦੀ ਜਿਹੜੀ ਫੀਸ ਹੋਏਗੀ ਆ ਮੈਕਸੀਮਮ 600 €, ਲੈਣਗੇ, ਠੀਕ ਹੈ ਜੀ. ਡਾਇਰੈਕਟ ਤੁਸੀਂ ਇਹਨਾਂ ਨਾਲ ਰਾਬਤਾ ਕਰੋ, ਇਹਨਾਂ ਨੂੰ ਈਮੇਲ ਕਰੋ, ਅਤੇ ਅੱਗੂ ਜਨਾਬ ਤੁਹਾਨੂੰ ਜਿਹੜਾ ਰਾਬਤਾ ਕਰ ਲੈਣਗੇ, ਠੀਕ ਹੈ ਜੀ. ਇਹ ਭਾਈ ਜਾਨ ਹੁਣ ਸੱਲੂ ਭਾਈ ਜਾਨ ਇੱਕ ਨਵਾਂ ਜਿਹੜਾ ਕੱਟਾ ਖੋਲ ਲਿਆ, ਠੀਕ ਹੈ ਜੀ, ਬਟ ਕੋਈ ਨਹੀਂ, ਕੱਟਾ ਖੋਲਿਆ, ਸਮਝ ਲਓ ਇੱਕ ਸਦਕਾ ਜਾ ਰਿਹਾ, ਠੀਕ ਹੈ ਜੀ. ਅਤੇ ਭਾਈ ਜਾਨ ਬਸ ਹੁਣ ਇੱਕ ਅੱਜ ਆਖਰੀ ਰੋਜ਼ਾ ਵੀ ਹੈ, ਠੀਕ ਹੈ ਜੀ. ਅਤੇ ਇਹ ਇੱਕ ਭਰਾ ਵਾਸਤੇ, ਮੇਰੇ ਅੱਬੂ ਵਾਸਤੇ, ਖਾਸ ਕਰ ਮੇਰੇ ਅੱਬੂ ਅੰਮੀ ਵਾਸਤੇ ਜਾਣਾ ਇੱਕ ਸਦਕਾ ਜਾ ਰਹੀ ਹੈ. ਮੇਰੇ ਅੱਬੂ ਨੂੰ ਅੱਲਾ ਪਾਕ ਜਨਤਾ 'ਚ ਜਗ੍ਹਾ ਦੇ ਅਤੇ ਮੇਰੀ ਅੰਮੀ ਨੂੰ ਮੇਰਾ ਵੇਖਣਾ ਨਸੀਬ ਕਰੇ, ਠੀਕ ਹੈ ਜੀ. ਉਹਨਾਂ ਵਾਸਤੇ ਸਦਕਾ ਜਾ ਰਹੀ ਹੈ, ਅਤੇ ਮੇਰੇ ਵਾਸਤੇ ਜਨਾਬ ਔਲਾਦ ਜਿਹੜੀ ਹੁੰਦੀ ਹੈ ਸਭ ਤੋਂ ਵੱਡਾ ਸਦਕਾ ਜਾ ਰਿਹਾ ਹੁੰਦੀ ਹੈ, ਠੀਕ ਹੈ ਜੀ. ਅਤੇ ਉਹਨਾਂ ਨੂੰ ਆਪਣੀਆਂ ਖਾਸ ਦੁਆਵਾਂ 'ਚ ਯਾਦ ਰੱਖਣਾ, ਠੀਕ ਹੈ ਜੀ. ਅਤੇ ਬਾਕੀ ਸਭ ਜਿੰਨੇ ਭੈਣ ਭਰਾ ਨੇ ਜਿਨ੍ਹਾਂ ਦੇ ਮਾਂ ਬਾਪ ਜ਼ਿੰਦਾ ਨੇ, ਅੱਲਾ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ, ਅਤੇ ਜਿਨ੍ਹਾਂ ਦੇ ਫੋਤ ਹੋ ਗਏ ਨੇ, ਅੱਲਾ ਪਾਕ ਉਹਨਾਂ ਨੂੰ ਜਨਤਾ 'ਚ ਜਗ੍ਹਾ ਦੇ, ਠੀਕ ਹੈ ਜੀ. ਅਤੇ ਹੁਣ ਦਵੋ ਜਨਾਬ ਇਸ 'ਤੇ ਲਾਜ਼ਮੀ ਜਿਹੜਾ ਅਪਲਾਈ ਕਰੋ, ਇਨਸ਼ਾਅੱਲਾ ਤੁਹਾਨੂੰ ਕੋਈ ਨਾ ਕੋਈ ਜਿਹੜਾ ਉਹਦਾ ਰਿਸਪੋਂਸ ਆਏਗਾ. ਹੁਣ ਦਵੋ ਸੱਲੂ ਪੰਜਾਬੀ ਨੂੰ ਇਜਾਜ਼ਤ, ਖੁਸ਼ ਰਹੋ, ਹੱਸਦੇ ਵਸਦੇ ਰਹੋ. ਪਾਕਿਸਤਾਨ ਜ਼ਿੰਦਾਬਾਦ.